अच्छा, इस तो बाद जदों आपां देखदे इहनूं, क्योंकि मैं तुहाडे वी सर्च पढ़ रहा सी इहदे बारे, तुहाडी जिहड़ी कीती है तुसीं, तिन कारण दस्से, धार्मिक, सियासी, राजनीतिक कारण जां समाजिक कारण सीगे। की साडियां पोलिटिकल पार्टियां दा स्टांस की सीगा उस समय देश दियां दा, जां साडे इत्थों दियां जिहड़ियां जमातां सी, क्योंकि कांग्रेस ने विचरना सी इत्थे। हालांकि इह तां साफ हो चुक्या सीगा वी जिहड़ा 82 दा कपूरी मोर्चे लगे जां इंदिरा ने टक लाया ਤਾਂ ਉਹ ਅੜੀਅਲ ਤਾਂ ਉਹ ਸੀਗੀ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਲੈ ਕੇ ਕਿ ਨਹੀਂ ਮੈਂ ਤਾਂ ਹੀ ਕਰ। ਦੇਖੋ ਇਹਦੇ 'ਚ ਨੰਬਰ ਆਫ ਫੈਕਟਰਸ ਦਾ ਰੋਲ ਹੁੰਦਾ ਹਮੇਸ਼ਾ, ਠੀਕ ਹੈ। ਇੰਦਰਾ ਗਾਂਧੀ ਦੀ ਸ਼ਖਸੀਅਤ ਦਾ ਰੋਲ ਵੀ ਸੀ, ਅੱਛਾ, ਹੈ ਨਾ, ਅੜੀਅਲ ਸੀ, ਹੈਂਕੜ ਸੀ ਉਹਦੇ ਵਿੱਚ ਵੀ ਮੇਰੇ ਮੂਹਰੇ ਕੋਈ ਡਿਕਟੇਟਰਸ਼ਿਪ ਵਾਲਾ ਮਾਈਂਡ ਹਾਵੀ ਸੀ, ਉਹਦਾ ਮਾਈਂਡ ਸੈਟ ਉਸ ਤਰ੍ਹਾਂ ਦਾ ਸੀਗਾ, ਬੜਾ ਅਥਾਰਟੇਰੀਅਨ। ਅਥਾਰਟੇਰੀਅਨ ਮਾਈਂਡ ਸੈਟ ਇਹ ਨਹੀਂ ਚੱਲਦਾ ਹੁੰਦਾ, ਇਹ ਮੋਦੀ ਦਾ ਵੀ ਐਵੇਂ ਹੀ ਹੈ। ਤੇ ਉਹ ਮਤਲਬ ਕੋਈ ਬੰਦਾ ਉਹ ਤੋਂ ਹੁਕਮਾਂ ਦੀ ਉਹਦੀ ਪਾਲਣਾ ਨਾ ਕਰੇ, ਕਿਉਂਕਿ ਉਹਦੇ ਆਲੇ ਦੁਆਲੇ ਘੇਰਾ ਸੀ ਨਾ, ਇੰਡੀਆ ਇਜ਼ ਇੰਦਰਾ, ਘੇਰਾ ਸੀ, ਨਾਲੇ ਫਿਰ ਉਹਦਾ ਇਮੇਜ ਟੁੱਟਦਾ ਹੈ, ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ ਵਾਲੇ। ਹਾਂ, ਉਹ ਤਾਂ ਜਿੰਨਾ ਬੰਗਲਾਦੇਸ਼ ਦੀ ਜੰਗ ਚ ਬਣ ਗਿਆ ਸੀ ਨਾ, ਉਹ ਟੁੱਟਣਾ ਨਹੀਂ ਸੀ, ਤੋੜਨਾ ਉਹ ਨਹੀਂ ਸੀ ਚੜ ਸਕਦੀ ਵੀ ਉਹ ਟੁੱਟੇ ਜੀ। ਪਰ ਹੁਣ ਆਪਾਂ ਜੇ ਇਹ ਕਹੀਏ ਵੀ ਇਹ ਸਿਰਫ ਇੱਕੋ ਹੀ ਫੈਕਟਰ ਸੀਗਾ, ਫਿਰ ਇਹ ਸਵਾਲ ਖੜਾ ਹੁੰਦਾ ਵੀ ਬਾਕੀ ਵਿਰੋਧੀ ਪਾਰਟੀਆਂ ਕਿਉਂ ਨਾਲ ਆ ਗਈਆਂ। ਜੇ ਇਹ ਕਹੀਏ ਵੀ ਉਹਨੇ ਚੋਣਾਂ ਜਿੱਤਣ ਵਾਸਤੇ ਹੀ ਕੀਤਾ, ਫਿਰ ਵਿਰੋਧੀ ਪਾਰਟੀਆਂ ਕਿਉਂ ਆ ਗਈਆਂ? ਲੋਕ ਕਾਂਗਰਸ ਦੀ ਸਮਝ ਤਾਂ ਆਉਂਦੀ ਹੈ ਜੀ ਜੀ। ਸੋ ਇਸ ਕੁਐਸਚਨ ਨੂੰ ਜਾ ਕੇ ਮਤਲਬ ਡੂੰਘਾ ਪ੍ਰੋਬ ਕਰਨਾ ਚਾਹੀਦਾ। ਤੇ ਮੈਂ ਫਿਰ ਇਹੀ ਗੱਲ ਮਤਲਬ ਵੀ ਅਸਲ ਚ ਜਿਹੜਾ ਅੰਡਰਲਾਈਂਗ ਫੈਕਟਰ ਸੀਗਾ ਉਹ ਸੀਗਾ ਨੈਸ਼ਨਲਿਜ਼ਮ, ਰਾਸ਼ਟਰਵਾਦ, ਰਾਸ਼ਟਰਵਾਦ, ਠੀਕ ਹੈ, ਜਿਹਨੇ ਸਾਰਿਆਂ ਨੂੰ ਇਕੱਠੇ ਕੀਤਾ ਇਸ ਗੱਲ ਦੇ ਉੱਤੇ। ਸੋ ਜਿਹੜਾ ਤੇ ਦੇਸ਼ ਦੀ ਜਿਹੜੀ ਜਨਤਾ ਵੀ ਹੈ ਜੀ ਜੀ, ਮੇਨਲੀ ਖਾਸ ਕਰਕੇ ਨਾਰਥ ਇੰਡੀਆ ਦੀ, ਤੇ ਜਿਹੜੇ ਜਿਹਨੂੰ ਉਹ ਕਹਿੰਦੇ ਨਾ ਵੀ ਹਿੰਦੀ ਹਿੰਟਰਲੈਂਡ, ਤੇ ਜਿੱਥੇ ਆਰੀਆ ਸਮਾਜੀ ਵਿਚਾਰਧਾਰਾ ਦਾ ਪ੍ਰਭਾਵ ਜ਼ਿਆਦਾ ਸੀਗਾ। ਪਰ ਇਹ ਵੇਖੋ ਵੀ ਇਹ ਸਵਾਲ ਦਾ ਵੀ ਜਵਾਬ ਤਾਂ ਲੱਭਣਾ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ 16 ਪਾਰਟੀਆਂ ਉਦੋਂ ਇੰਦਰਾ ਗਾਂਧੀ ਦੇ ਖਿਲਾਫ ਸੀਗੀਆਂ, ਪਰ ਬਾਵਜੂਦ ਇਸ ਦੇ ਮਤਲਬ ਰਾਸ਼ਟਰਵਾਦ ਉਦੋਂ ਐਡਾ ਐਂਟੀਬਾਇਓਟਿਕ ਸੀਗਾ ਵੀ ਉਹ ਐਂ ਲੱਗ ਗਿਆ ਇਹਨਾਂ ਦੇ। ਨਹੀਂ, ਇਹ ਹੌਲੀ ਹੌਲੀ ਬਿਲਡ ਅਪ ਹੋਇਆ, ਤੁਸੀਂ ਜੇ ਦੇਖੋ ਨਾ ਸਾਰੀ ਉਹਦੀ ਡਿਵੈਲਪਮੈਂਟ ਕਿਵੇਂ ਹੋਈ, ਤੇ 83 ਤੱਕ ਅੜੇ ਨਾ ਉਹ, ਠੀਕ ਹੈ, 83 ਤੱਕ ਉਹ ਦੂਜੀਆਂ ਗੱਲਾਂ ਦੇ ਉੱਤੇ ਫੈਡਰਲਿਜ਼ਮ ਤੇ ਵੀ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਅੜੇ ਰਹੇ। ਪਰ ਜਿਉਂ ਜਿਉਂ ਮੀਡੀਆ ਦੀ ਮਦਦ ਨਾਲ ਤੇ ਹੋਰ ਪ੍ਰਾਪੇਗੰਡਾ ਚੱਲਿਆ ਉਹਦੇ ਚ, ਫਿਰ ਉਹਨਾਂ ਨੂੰ ਲੱਗਿਆ ਕਿ ਅਸੀਂ ਦੇਸ਼ ਦੇ ਲੋਕਾਂ ਚੋਂ ਆਈਸੋਲੇਟ ਹੋ ਰਹੇ ਹਾਂ। ਅੱਛਾ, ਇਹ ਨੈਰੇਟਿਵ ਤੇ ਇਦਾਂ ਕੰਮ ਹੋਇਆ ਵੀ ਇਸ ਪਾਰਟੀ ਦੇ ਨੈਰੇਟਿਵ ਤੇ ਤਾਂ ਕੰਮ ਜੀ, ਤੁਸੀਂ ਦੇਖੋ ਜਿਹੜੀ KGB ਹੈ ਜੀ ਜੀ ਜੀ, ਕਿਉਂਕਿ ਇਹ ਜਿਹੜੀ ਇੰਦਰਾ ਗਾਂਧੀ ਸਰਕਾਰ ਸੀਗੀ ਇਹ ਰੂਸ ਵੱਲ ਨੂੰ ਇਹਦਾ ਟਿਲਟ ਸੀ ਜੀ, ਬਿਲਕੁਲ ਬਿਲਕੁਲ ਹੀ ਪ੍ਰਤੱਖ ਜੀ ਵੱਲ। ਤੇ ਉਸ ਮੌਕੇ ਜੋ ਚੱਲ ਰਹੀ ਸੀਗੀ US ਸੁਪਰੀਮੇਸੀ ਦੀ ਸਟਰਗਲ ਜੀ, USA ਤੇ ਆਪਣਾ ਰਸ਼ੀਆ ਚ, ਉਹਦੇ ਚ ਉਹ ਨਹੀਂ ਸੀ ਚਾਹੁੰਦੇ ਵੀ ਰੂਸ ਵਾਲੇ ਵੀ ਇਹ ਇੱਧਰ ਨੂੰ ਜਾਵੇ, ਸਾਥੋਂ ਪਾਸੇ ਹੋਵੇ ਜੀ ਜੀ। ਉਹਨਾਂ ਨੇ ਫਿਰ ਇੱਕ ਨਾ ਐਗਜ਼ੈਗਰੇਟਿਡ ਫੀਅਰ ਕ੍ਰੀਏਟ ਕੀਤਾ ਉਹਦੇ ਮੂਹਰੇ,